ਲਗਾਤਾਰ ਜਿਹੜੀ ਆ ਗੱਲਬਾਤ ਚੱਲ ਰਹੀ ਸੀ ਜੀਰਾ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਆ ਤੁਹਾਡੇ ਵੱਲੋਂ ਰੈਲੀ ਇੱਥੇ ਰੱਖੀ ਗਈ ਆ ਔਰ ਰੱਖੇ ਗਏ? ਗੱਲ ਇਹ ਆ ਕਿ ਇਸ ਤੋਂ ਬਾਅਦ ਸਾਡਾ ਜਿਹੜਾ ਸ਼ਾਮ ਦੇ ਪ੍ਰੋਗਰਾਮ ਨੇ ਉਹ ਇੱਕ ਕ੍ਰਿਸਚਨ ਭਾਈਚਾਰੇ ਦਾ ਪ੍ਰੋਗਰਾਮ ਜੰਡਿਆਲਾ ਦੇ ਵਿੱਚ, ਔਰ ਇੱਕ ਪ੍ਰੋਗਰਾਮ ਜਿਹੜਾ ਸਾਡਾ ਜਿਹੜਾ ਜੈਨ ਸਭਾ ਦਾ ਜੈਨ ਉਹਨਾਂ ਦਾ ਜੈਨ ਧਰਮ ਵਾਲਿਆਂ ਦਾ ਉਹਨਾਂ ਸਾਰਿਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਉੱਥੇ ਸਾਡਾ, ਉਹ ਵੀ ਜੰਡਿਆਲਾ ਦੇ ਵਿੱਚ। ਤੇ ਗੱਲ ਕੀਤੀ ਜਾਵੇ ਤਾਂ ਅੱਜ ਤੁਸੀਂ ਜਦੋਂ ਕਾਗਜ਼ ਭਰੇ ਨੇ, ਕਾਫੀ ਜਿਹੜੇ ਭਾਵੁਕ ਵੀ ਨਜ਼ਰ ਆਏ, ਪਿਤਾ ਜੀ ਨੂੰ ਯਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ? ਅੱਜ ਪਿਤਾ ਜੀ ਦੀ ਘਾਟ ਜਿਹੜੀ ਆ ਉਹ ਸਭ ਤੋਂ ਵੱਡੀ ਘਾਟ ਹੈ, ਕਿਉਂਕਿ ਅੱਜ ਬਾਪੂ ਨਾਲ ਹੁੰਦਾ ਤੇ ਗੱਲ ਹੀ ਹੋਰ ਹੋਣੀ ਸੀ। ਅੱਜ ਜਦੋਂ ਮੈਂ ਫਾਈਲ ਫੜਾਉਣ ਲੱਗਾ ਤੇ ਮੇਰਾ ਆਪਦਾ ਮਨ ਭਰਿਆ ਕਿ ਇਹ ਬਾਪੂ ਦਾ ਸੁਪਨਾ ਸੀ ਕਿ ਮੈਂ ਪੰਥਕ ਹਲਕੇ ਤੋਂ ਇਲੈਕਸ਼ਨ ਲੜਾਂ, ਔਰ ਮੈਂ ਤਾਂ ਇਹ ਹੀ ਸਾਰੇ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜੀਰਾ ਸਾਹਿਬ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਆਪਾਂ ਤਕੜੇ ਹੋ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਹ ਜੀਰਾ ਸਾਹਿਬ ਦਾ ਸੁਪਨਾ ਪੂਰਾ ਕਰੀਏ, ਔਰ ਤੁਹਾਡੇ ਨਾਲ ਕੀਤਾ ਹੋਇਆ ਹਰ ਇੱਕ ਵਾਅਦਾ ਜਿਹੜਾ ਹੈ ਉਹ ਮੈਂ ਪੂਰਾ ਕਰ ਸਕਾਂ। ਉਹ ਤਾਂ ਹੋ ਸਕਦਾ ਕਿ ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਮੈਨੂੰ ਭੇਜੋ, ਇਸ ਗੱਲ ਦਾ ਮੈਂ ਵਿਸ਼ਵਾਸ ਦਿਵਾਉਣਾ। ਸਟੇਟ ਤੋਂ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਜਿਹੜੇ ਪਿੱਛੇ ਹਮਲੇ ਤੁਸੀਂ ਕਰਦੇ ਨਜ਼ਰ ਆਏ ਹੋ, ਔਰ ਡੌਪ ਟੈਸਟ ਦੀ ਗੱਲ ਜਿਹੜੀ ਸੀ ਉਹਨਾਂ ਨੇ ਵੀ ਨਿਊਜ਼ ਏਟਿੰਗ ਤੇ ਬੋਲੇ ਸੀ, ਕੀ ਕਹਿਣਾ ਚਾਹੁੰਦੇ? ਗੱਲ ਇਹ ਹੈ ਕਿ ਮੈਂ ਕੋਈ ਝੂਠ ਨਹੀਂ ਬੋਲਿਆ, ਮੈਂ ਜਦੋਂ ਲੋਕਾਂ 'ਚ ਜਾਣਾ ਤੇ ਲੋਕ ਮੈਨੂੰ ਇਹ ਗੱਲ ਕਹਿੰਦੇ ਆ। ਮੈਂ ਗੱਲ ਕਹਿੰਦਾ ਕਿ ਕੱਲਾ ਲਾਲਜੀਤ ਭੁੱਲਰ ਕਿਉਂ ਵਿਰਸਾ ਸਿੰਘ ਵਲਟੋਆ ਵੀ ਹੋ ਸਕਦਾ? ਇਹ ਤਾਂ ਨਹੀਂ ਕਿ ਵਿਰਸਾ ਸਿੰਘ ਵਲਟੋਆ ਜੇ ਉਹਨੇ ਅੰਮ੍ਰਿਤ ਛਕਿਆ ਤੇ ਉਹ ਨਹੀਂ ਕੋਈ ਨਸ਼ਾ ਕਰਦਾ ਹੋ ਸਕਦਾ? ਆ ਬਈ ਨਾਗਰਿਕ ਤੇ ਦਵਾਈ ਦੇ ਤੌਰ ਤੇ ਹੀ ਸਾਰੇ ਖਾਧੇ ਜਾਂਦੇ ਆ, ਤੇ ਮੈਂ ਤਾਂ ਕਦੀ ਸਿਰਪਿਟ ਦੀ ਵੀ ਗੋਲੀ ਨਹੀਂ ਖਾਧੀ। ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਸਾਰੇ ਹੀ ਜਿਹੜੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਕਿ ਡੌਪ ਟੈਸਟ ਜਿਹੜਾ ਹੋਣਾ ਚਾਹੀਦਾ, ਔਰ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ, ਪੰਜਾਬ ਦੇ ਲੋਕ ਉਸ ਬੰਦੇ ਨੂੰ ਚੁਣ ਕੇ ਭੇਜਣ। ਅੱਗੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਆ, ਕਿਉਂਕਿ ਬੱਸ ਦਾ ਡਰਾਈਵਰ ਸੋਫੀ ਹੋਵੇ ਤੇ ਬੱਸ ਮੰਜ਼ਿਲ ਤੇ ਪਹੁੰਚ ਜਾਂਦੀ ਏ, ਸਾਡੀ ਬੱਸ ਦਾ ਡਰਾਈਵਰ ਹੀ ਸ਼ਰਾਬੜਾ ਭਗਵੰਤ ਮਾਨ ਤੇ ਮੰਜ਼ਿਲ ਕਿੱਥੋਂ ਪਹੁੰਚੂਗੀ? ਜੇ ਗੱਲ ਕਰ ਲਈਏ ਤਾਂ ਦੂਸਰੀ ਕੀ ਕੰਮਾਂ ਦੀ ਗੱਲ ਕੀਤੀ ਸੀ ਉਹਨਾਂ ਨੇ, ਕਹਿੰਦੇ ਕਿ ਜੀਰਾ ਸਾਹਿਬ ਨੇ ਕੰਮ ਨਹੀਂ ਕੀਤੇ ਨੇ ਹਲਕੇ ਦੇ ਜੀਰੇ 'ਚ, ਔਰ ਉਸ ਤੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਲਾਲਜੀਤ ਸਿੰਘ ਭੁੱਲਰ ਤੇ ਉਹ ਜਿਹੜੇ ਆਪਣੇ ਕੁਲਦੀਪ ਸਿੰਘ ਜੀ ਨੇ ਟਮਾਤਰ ਸਾਹਿਬ, ਇਹ ਜੀਰੇ ਵਾਲੇ ਵੀਡੀਓ ਤੇ ਜੀਰੇ ਦੀਆਂ ਫੋਟੋਆਂ ਮੰਗਾ ਮੰਗਾ ਕੇ ਕਹਿੰਦੇ ਸੀ ਕਿ ਜੋ ਜੀਰੇ ਨੇ ਕੰਮ ਕੀਤੇ ਤੇ ਹਰਮਿੰਦਰ ਗਿੱਲ ਨੇ ਕੀਤੇ ਅਸੀਂ ਉਹੋ ਜੇ ਕਰਨੇ ਆ, ਪਰ ਸਾਡੇ ਵਰਗਾ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ, ਇੱਕ ਵੀ ਗਲੀ ਨਹੀਂ ਇਹਨਾਂ ਤੋਂ ਬਣੀ। ਲਗਾਤਾਰ ਜਿਹੜੀ ਆ ਗੱਲਬਾਤ ਚੱਲ ਰਹੀ ਸੀ ਜੀਰਾ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਆ ਤੁਹਾਡੇ ਵੱਲੋਂ ਰੈਲੀ ਇੱਥੇ ਰੱਖੀ ਗਈ ਆ ਔਰ ਰੱਖੇ ਗਏ? ਗੱਲ ਇਹ ਆ ਕਿ ਇਸ ਤੋਂ ਬਾਅਦ ਸਾਡਾ ਜਿਹੜਾ ਸ਼ਾਮ ਦੇ ਪ੍ਰੋਗਰਾਮ ਨੇ ਉਹ ਇੱਕ ਕ੍ਰਿਸਚਨ ਭਾਈਚਾਰੇ ਦਾ ਪ੍ਰੋਗਰਾਮ ਜੰਡਿਆਲਾ ਦੇ ਵਿੱਚ, ਔਰ ਇੱਕ ਪ੍ਰੋਗਰਾਮ ਜਿਹੜਾ ਸਾਡਾ ਜਿਹੜਾ ਜੈਨ ਸਭਾ ਦਾ ਜੈਨ ਉਹਨਾਂ ਦਾ ਜੈਨ ਧਰਮ ਵਾਲਿਆਂ ਦਾ ਉਹਨਾਂ ਸਾਰਿਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਉੱਥੇ ਸਾਡਾ, ਉਹ ਵੀ ਜੰਡਿਆਲਾ ਦੇ ਵਿੱਚ। ਤੇ ਗੱਲ ਕੀਤੀ ਜਾਵੇ ਤਾਂ ਅੱਜ ਤੁਸੀਂ ਜਦੋਂ ਕਾਗਜ਼ ਭਰੇ ਨੇ, ਕਾਫੀ ਜਿਹੜੇ ਭਾਵੁਕ ਵੀ ਨਜ਼ਰ ਆਏ ਹੋ, ਪਿਤਾ ਜੀ ਨੂੰ ਯਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ? ਅੱਜ ਪਿਤਾ ਜੀ ਦੀ ਘਾਟ ਜਿਹੜੀ ਆ ਉਹ ਸਭ ਤੋਂ ਵੱਡੀ ਘਾਟ ਹੈ, ਕਿਉਂਕਿ ਅੱਜ ਬਾਪੂ ਨਾਲ ਹੁੰਦਾ ਤੇ ਗੱਲ ਹੀ ਹੋਰ ਹੋਣੀ ਸੀ। ਅੱਜ ਜਦੋਂ ਮੈਂ ਫਾਈਲ ਫੜਾਉਣ ਲੱਗਾ ਤੇ ਮੇਰਾ ਆਪਦਾ ਮਨ ਭਰਿਆ ਕਿ ਇਹ ਬਾਪੂ ਦਾ ਸੁਪਨਾ ਸੀ ਕਿ ਮੈਂ ਪੰਥਕ ਹਲਕੇ ਤੋਂ ਇਲੈਕਸ਼ਨ ਲੜਾਂ, ਔਰ ਮੈਂ ਤਾਂ ਇਹ ਹੀ ਸਾਰੇ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜੀਰਾ ਸਾਹਿਬ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਆਪਾਂ ਤਕੜੇ ਹੋ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਹ ਜੀਰਾ ਸਾਹਿਬ ਦਾ ਸੁਪਨਾ ਪੂਰਾ ਕਰੀਏ, ਔਰ ਤੁਹਾਡੇ ਨਾਲ ਕੀਤਾ ਹੋਇਆ ਹਰ ਇੱਕ ਵਾਅਦਾ ਜਿਹੜਾ ਹੈ ਉਹ ਮੈਂ ਪੂਰਾ ਕਰ ਸਕਾਂ। ਉਹ ਤਾਂ ਹੋ ਸਕਦਾ ਕਿ ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਮੈਨੂੰ ਭੇਜੋ, ਇਸ ਗੱਲ ਦਾ ਮੈਂ ਵਿਸ਼ਵਾਸ ਦਿਵਾਉਣਾ। ਸਟੇਟ ਤੋਂ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਜਿਹੜੇ ਪਿੱਛੇ ਹਮਲੇ ਤੁਸੀਂ ਕਰਦੇ ਨਜ਼ਰ ਆਏ ਹੋ, ਔਰ ਡੌਪ ਟੈਸਟ ਦੀ ਗੱਲ ਜਿਹੜੀ ਸੀ ਉਹਨਾਂ ਨੇ ਵੀ ਨਿਊਜ਼ ਏਟਿੰਗ ਤੇ ਬੋਲੇ ਸੀ, ਕੀ ਕਹਿਣਾ ਚਾਹੁੰਦੇ? ਗੱਲ ਇਹ ਹੈ ਕਿ ਮੈਂ ਕੋਈ ਝੂਠ ਨਹੀਂ ਬੋਲਿਆ, ਮੈਂ ਜਦੋਂ ਲੋਕਾਂ 'ਚ ਜਾਣਾ ਤੇ ਲੋਕ ਮੈਨੂੰ ਇਹ ਗੱਲ ਕਹਿੰਦੇ ਆ।
ਮੈਂ ਗੱਲ ਕਹਿੰਦਾ ਕਿ ਕੱਲਾ ਲਾਲਜੀਤ ਭੁੱਲਰ ਕਿਉਂ ਵਿਰਸਾ ਸਿੰਘ ਵਲਟੋਵਾ ਵੀ ਹੋ ਸਕਦਾ, ਇਹ ਤਾਂ ਨਹੀਂ ਕਿ ਵਿਰਸਾ ਸਿੰਘ ਵਲਟੋਵਾ ਜੇ ਉਹਨੇ ਅੰਮ੍ਰਿਤ ਛਕਿਆ ਤੇ ਉਹ ਨਹੀਂ ਕੋਈ ਨਸ਼ਾ ਕਰਦਾ ਹੋ ਸਕਦਾ। ਆ ਬਈ ਨਾਗਰਿਕ ਤੇ ਦਵਾਈ ਦੇ ਤੌਰ ਤੇ ਹੀ ਸਾਰੇ ਖਾਧੀ ਜਾਂਦੇ ਆ, ਤੇ ਮੈਂ ਤਾਂ ਕਦੀ ਸਿਰਪਿਟ ਦੀ ਵੀ ਗੋਲੀ ਨਹੀਂ ਖਾਧੀ। ਇਸ ਕਰਕੇ ਮੈਂ ਗੱਲ ਕਹਿੰਦਾ ਕਿ ਪੰਜਾਬ ਦੇ ਸਾਰੇ ਹੀ ਜਿਹੜੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਕਿ ਡੋਪ ਟੈਸਟ ਜਿਹੜਾ ਹੋਣਾ ਚਾਹੀਦਾ, ਔਰ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ, ਪੰਜਾਬ ਦੇ ਲੋਕ ਉਸ ਬੰਦੇ ਨੂੰ ਚੁਣ ਕੇ ਭੇਜਣ। ਅੱਗੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਆ, ਕਿਉਂਕਿ ਬੱਸ ਦਾ ਡਰਾਈਵਰ ਸੋਫੀ ਹੋਵੇ ਤੇ ਬੱਸ ਮੰਜ਼ਿਲ ਤੇ ਪਹੁੰਚ ਜਾਂਦੀ ਹੈ, ਸਾਡੀ ਬੱਸ ਦਾ ਡਰਾਈਵਰ ਹੀ ਸ਼ਰਾਬੜਾ ਭਗਵੰਤ ਮਾਨ ਤੇ ਮੰਜ਼ਿਲ ਕਿੱਥੋਂ ਪਹੁੰਚੂ। ਜੇ ਗੱਲ ਕਰ ਲਈਏ ਤਾਂ ਦੂਸਰੀ ਕੀ ਕੰਮਾਂ ਦੀ ਗੱਲ ਕੀਤੀ ਸੀ ਉਹਨਾਂ ਨੇ, ਕਹਿੰਦੇ ਕਿ ਜੀਰਾ ਸਾਹਿਬ ਨੇ ਕੰਮ ਨਹੀਂ ਕੀਤੇ ਨੇ ਹਲਕੇ ਦੇ ਜੀਰੇ ਚ, ਔਰ ਉਸ ਤੇ ਬਾਰੇ ਕੀ ਕਹਿਣਾ ਚਾਹੋਗੇ? ਇਹ ਲਾਲਜੀਤ ਸਿੰਘ ਭੁੱਲਰ ਤੇ ਉਹ ਜਿਹੜੇ ਆਪਣੇ ਕੁਲਦੀਪ ਸਿੰਘ ਜੀ ਨੇ ਟਮਾਤਰ ਸਾਹਿਬ, ਇਹ ਜੀਰੇ ਵਾਲੇ ਵੀਡੀਓ ਤੇ ਜੀਰੇ ਦੀਆਂ ਫੋਟੋਆਂ ਮੰਗਾ ਮੰਗਾ ਕੇ ਕਹਿੰਦੇ ਸੀ ਕਿ ਜੋ ਜੀਰੇ ਨੇ ਕੰਮ ਕੀਤੇ ਤੇ ਹਰਮਿੰਦਰ ਗਿੱਲ ਨੇ ਕੀਤੇ ਅਸੀਂ ਉਹੋ ਜਿਹੇ ਕਰਨੇ ਆ, ਪਰ ਸਾਡੇ ਵਰਗਾ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ, ਇੱਕ ਵੀ ਗਲੀ ਨਹੀਂ ਇਹਨਾਂ ਤੋਂ ਬਣੀ।